ਵੀਓ ਵੈਲਕਮ ਆ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ। ਅੱਜ ਆਪਾਂ ਉਰੇ ਰੈਕ ਫੇਰਨਾ, ਠੀਕ ਹੈ ਜੀ। ਉਰੇ ਮਨਵੀ ਪਿੰਡ ਆਏ ਪਏ ਆਪਾਂ, ਇੱਕ ਤੁਹਾਨੂੰ ਵੀਡੀਓ ਸ਼ਾਇਦ ਬਲੌਗ ਦੇ ਵਿੱਚ ਪਾ ਦਈਏ। 5405 CRDI ਇੰਡੀਆ ਦਾ ਪਹਿਲਾ ਟਰੈਕਟਰ ਸੀ ਜਿਹੜਾ ਇਹਨਾਂ ਦੀਆਂ, ਜਿਹਨਾਂ ਕੋਲ ਆਪਾਂ ਆਏ ਪਏ ਬਾਈਆਂ ਕੋਲ, ਇਹਨਾਂ ਕੋਲ ਲੁਧਿਆਣੇ ਜ਼ਿਲ੍ਹੇ ਦੀਆਂ ਸਾਰੀਆਂ ਏਜੰਸੀਆਂ ਨੇ, ਉਹਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਜੇ ਹੋ ਸਕੇ। ਅੱਜ ਪਹਿਲਾਂ ਮੈਨੂੰ ਟਾਈਮ ਲੱਗਿਆ ਤਾਂ ਅੱਜ ਨਹੀਂ, ਉਹਦੀ ਪ੍ਰੋਪਰ ਇੱਕ ਅਲੱਗ ਵੀਡੀਓ ਬਣਾ ਦਾਂਗੇ, ਠੀਕ ਹੈ ਜੀ। ਅਤੇ ਬਾਕੀ ਅੱਜ ਜੋ ਜੋ ਚੱਲੂਗਾ, ਮਸ਼ੀਨਾਂ ਕਿਹੜੀਆਂ ਚੱਲਦੀਆਂ ਨੇ, ਸਾਰਾ ਕੁਛ ਉਹ ਦਿਖਾਉਂਦੇ ਕਰੂੰ, ਠੀਕ ਹੈ ਜੀ। ਕਰਦੇ ਹਾਂ ਬਲੌਗ ਸਟਾਰਟ। ਹਾਂ ਉਰੇ ਬਹਿ ਜਾ ਤੂੰ, ਹੁਣ ਉੱਪਰ ਨਾ ਚੜੀ, ਸਾਰੇ ਮੂੰਹ ਘੁਮਾ ਲਾ, ਜਦ ਉੱਪਰ ਉਹ ਲਾ ਲੂ, ਹਟ ਜਾ ਬਹਿ ਜਾ ਉਰੇ। ਹੋਰ ਪਹਿਲੇ ਸਾਲ ਇਹਨੂੰ ਦੇਖ ਕੇ ਮੈਂ ਭੱਜ ਲਿਆ ਬਈ, ਆ ਗਿਆ ਭੈਣ ਤੋਂ ਤਾਂ ਖਾਊ ਓਏ। ਪਰ ਐਤਕੀ ਹੁਣ ਪੰਜ ਕਹਿੰਦੇ ਨੂੰ ਦੋ ਵਾਰ ਹੱਥ ਲਾ ਦੇ, ਕਹਿੰਦਾ ਬਸ ਇਹਨੇ ਮਤਲਬ ਬੰਦੇ ਕਹਿੰਦੇ ਉਹ ਨੀ ਹੁੰਦੀ ਵੀ ਮੋਬਾਈਲੇ, ਇਹ ਤਾਂ ਬਹੁਤ ਇਹਨਾਂ ਦੀ ਉਹ ਹੁੰਦੀ ਆ, ਕਹਿੰਦੇ ਨੇ ਜਦੇ ਉਹ ਕਰ ਲੈਣਾ। ਹਾਂ ਇਹ CRDI ਆ 5405, ਇਹਦੀ ਵੀਡੀਓ ਪਾਵਾਂਗੇ ਆਪਾਂ, ਪ੍ਰੋਪਰ ਵੀਡੀਓ ਬਣਾ ਕੇ ਇਹਨੂੰ ਪੂਰੀ, ਠੀਕ ਹੈ ਜੀ। ਇੱਕ ਆਹ ਚੌੜੀ ਖੜਾ, ਇੱਕ ਆਹ ਖੜਾ, 5405 ਉਹ ਸਿੰਪਲ ਆ, ਆਹ CRDI ਆ। ਇਹ ਆਪਣੇ ਇੰਡੀਆ 'ਚ ਜਿਹੜੇ ਪੀਸ ਆਏ ਸੀ, ਸਭ ਤੋਂ ਪਹਿਲੇ ਪੀਸ ਨੇ ਇਹਨਾਂ ਦੀ ਏਜੰਸੀਆਂ ਨੇ ਤਾਂ ਕਰਕੇ। ਹੁਣ ਆਪਾਂ ਚੱਲਦੇ ਹਾਂ ਮੋਟਰ 'ਤੇ, ਮੰਡੀ ਆ ਇਹ ਆਪਣੇ ਇੱਧਰ ਮਲੇਰਕੋਟਲਾ ਸਾਈਡ ਦੀ ਸਭ ਤੋਂ ਬੜੀ ਮੰਡੀ ਲਾ ਲਓ, ਬਹੁਤ ਫਸਲ ਆਉਂਦੀ ਆ ਉਰੇ, ਕਾਫੀ ਆੜ੍ਹਤੀਆਂ ਉਰੇ। ਇਹ ਕੰਮ ਸੇ ਕੰਮ 225 ਹੈਗੀ ਆ, 280 ਦਾ ਉਰੇ ਮੰਡੀ ਆ, ਬਾਕੀ ਆੜ੍ਹਤੀਆਂ ਨੇ ਆਪਦੀ ਨਾਮ ਲੱਗਦੀ ਜ਼ਮੀਨ ਖਰੀਦੀ ਹੋਈ ਆ। ਪੰਗਾ ਉਰੇ ਨਹਿਰ ਨੇੜੇ ਕਰਕੇ ਨਾ, ਸਾਹਮਣੇ ਨਹਿਰ ਆ, ਨਹਿਰ ਨੇੜੇ ਕਰਕੇ ਤਰੇਲ ਬਹੁਤ ਪੈਂਦੀ ਆ, ਥੋੜ੍ਹਾ ਲੇਟ ਚੱਲਦਾ ਕੰਮ, ਤਰੇਲ ਜ਼ਿਆਦਾ ਪੈਂਦੀ ਆ ਆਪਣੇ ਆਮ ਨੂੰ, ਪਾਣੀ ਦੀ ਭਾਫ ਕਰਕੇ ਲਾ ਲਓ, ਜਿੱਦਾਂ ਮਰਜ਼ੀ ਲਾ ਲਓ, ਤਰੇਲ ਜ਼ਿਆਦਾ ਆ, ਗਿੱਲੇ ਪਏ ਨੇ ਘਰ 'ਚ, 9 ਵੱਜ ਚੁੱਕੇ ਨੇ ਤਾਂ ਵੀ ਗਿੱਲੇ ਪਏ ਨੇ। ਚਲੋ ਦੇਖਦੇ ਆਉਂਦਾ ਬੰਦਾ ਚਲਾਉਂਦੇ ਆ ਉਰੇ ਕੰਮ, ਅਤੇ ਉੱਧਰ ਮਸ਼ੀਨਾਂ ਕਹਿੰਦੇ ਵੀ ਗੇੜਾ ਮਾਰ ਕੇ ਆਉਣਾ, ਉੱਧਰ ਵੀ ਚੱਲਦੇ ਆ। ਆਪਣਾ ਆਪਣਾ ਚੋਬਰ ਜੱਚਦਾ ਕੈਂਡਰਾ ਦਾ ਪੂਰਾ, ਦੇਖੋ ਫਿਰ 16 ਦੇ ਟਾਇਰ ਨਾਲ ਤਾਂ ਸਾਰੀ ਲੁੱਕ ਕੇ ਬੜੀ ਘੈਂਟ ਬਣਦੀ ਆ ਟਰੈਕਟਰ ਦੀ। ਪਹਿਲਾਂ 14 ਟਾਇਰ ਸੀ ਇਹਨੂੰ, ਉਹ ਆਪਾਂ ਨੇ ਕਢਾ ਕੇ 16 ਦੇ ਪਾ ਚੁੱਤੇ ਜੀ, ਦੇਖੋ ਫਿਰ ਲੱਗਦਾ ਟਾਈਮ ਪੂਰਾ, ਬਹੁਤ ਘੈਂਟ ਲੱਗਦਾ। ਆਹ ਦੇਖੋ ਸਪਿਨਰ, ਆਹ ਦੇਖੋ ਜੱਟਾਂ ਦੇ ਜਗਾੜ, ਸਵਾਸੀ ਵਾਲ ਮੋਟਰ ਦਾ ਮੋੜ ਮੋੜ ਕੇ ਮੋੜ ਮੋੜ ਕੇ ਉਹਦੇ ਵਿੱਚੇ ਪਾਤਾ, ਇੱਕ ਇੱਧਰ ਵੀ ਮੋਟਰ ਆ, ਪਰ ਆਹ ਜਗਾੜ ਦੇਖੋ, ਬਾਹਲੇ ਜਗਾੜ ਕੇ ਲਓ, ਇੱਧਰ ਮਰੂਦ ਬਹੁਤ ਲੱਗੇ ਮੇਰੇ, ਬਹੁਤ ਮਰੂਦ ਨੇ, ਫੁੱਲ ਮਰੂਦ ਖਾ ਰਹੇ ਉਦੋਂ ਦੇ, ਪਤਾ ਨਹੀਂ ਕੀ ਚੱਕਰ ਆ, ਵਾ ਕਿਹੜੇ ਨੇ ਕਿਹੜੇ ਨਹੀਂ, ਐਨ ਪੱਕੇ ਮਰੂਦ ਐਨ, ਬਹੁਤ ਵਧੀਆ ਨੇ। ਆਹ ਦਿਖਾਉਂਦੇ ਤੁਹਾਨੂੰ, ਆਹ ਦੇਖੋ ਕਿੰਨੇ ਘੈਂਟ ਨੇ, ਬਹੁਤ ਪੱਕੇ ਪਏ। ਤੇਰੀ ਵੀਡੀਓ ਬਣਾਉਣੀ ਆ, ਹੋਰ ਯਾਰ ਤੂੰ ਤਾਂ ਹੀਰਾ ਬੰਦਾ ਸਾਡਾ, ਹੈ ਕਿੰਨੇ ਕਿੰਨੇ ਕੱਢਦੇ ਉੱਥੇ, ਹਾਏ ਹਾਏ ਪੱਕਾ ਪਾ ਲਾਇਆ ਏ, ਆਹ ਜਾਂਦਾ ਰੈਕ ਦੂਜਾ ਆਪਣਾ, ਉਹ ਚੱਲੇ ਆ 4 ਮਿੰਟ ਲਖੋਈ, ਆਪਾਂ ਹੋਰੀ ਚੱਲਣਾ ਏ, ਇਸ ਕਰਕੇ ਉਹ 64 ਵੀ ਆ ਰਿਹਾ ਸਰਪੰਚ ਵਾਲਾ, ਦੀਦੀ ਬਣਾਉਣ ਲੱਗ ਗਿਆ ਅੱਜ ਉਹ, ਹੈ ਲਾਈਟਾਂ ਮਾਰਦਾ ਮੁੰਡਾ, ਹੌਲੀ ਆ ਜਾ ਹੌਲੀ 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 ਹੌਲੀ, ਘੱਟ ਪਜਾ ਲਾ ਘੱਟ, ਆਪਣੇ ਹੀ ਆ ਇਹ, ਆਪਣੇ ਹੀ ਆ ਜੀ, ਲਾ ਕੇ ਚੈੱਕ ਰਹਿ ਕੇ ਰੈਕ ਚੱਲ ਰਿਹਾ,
मारन लगे पे आ सारा 20 किलिया का एरिया है 100 बीघे पूरी है ये सारा आप कढ़ रहे हैं तो आ सामने इतों दिस ही नहीं यार एक तो सारा धुआं इधर अग लाने करके इन्ना हो गया आ देखा ट्रैक्टर खड़ा ठीक है एक आ देख दो ट्रैक्टर खड़े एक आ उरे खड़ा है कितने का गया भाई ओए होए ज्यादा जोम हो गया मित्रों इतने खड़े हैं ट्रैक्टर उत्थे मशीन चल रही है सरपंच से कल उधर फेरेंगे पहला दोनों मशीन इधर ही चल रही हैं तो रात जाके आई थी मशीन को साढ़े चौबर ने इन्हें मैसी बेचा थी ना सोना लीक कर पा वो इतने फिरता फोन करता भी आ रहा देखना कितने रह गया मिलते हैं उन्होंने भी और बाबे जो ब्लॉग वधिया लगते हैं सबसक्राइब कर दिया करो मेरे मित्रों वीरो ते लाइक शेयर कमेंट जरूर करा करो मेरे वीर जेडे पहली बार आए ने साडे चैनल ते जरूर कर दिया करो मेरे भरा आपां वी हुण इक मेरा भरा मैनूं वधिया लगदा गरेवाल गाचा पता नहीं की उन्हां दा चैनल आ छत्तीसगढ़ी वाले ने वो बहुत सोहणा बोलदे ने मेरे भरा मेरे वीर आपां वी उन्हां वांग बोलण लग गए हुण घंट कहते हैं मेरे भरा मेरे वीर वीडियो लाइक कर दिया करो शेयर कमेंट जरूर कराया करो मेरा साला पता नहीं कितने रह गया मरी गया मगर मैं आ गया उरी हाँ करदा फोन कर लैन दे कमेंट तो मिलता थानू टी बैठा खड़ा हो गया हूँ खड़ा जले ला लिया मसूक न फोन और साले को कोई काम नहीं मसूक तो बिना उ साला इन्हों काम नहीं बेलना ਉਹ ਤਾਂ ਮੰਡੀ 'ਚੋਂ ਸਾਰਾ ਸਦਾਈ ਤੁਰ ਕੇ ਆ ਗਿਆ ਇੰਨੀ ਬਾੜ ਪਾ ਕੇ ਸਾਰੇ ਟਰੈਕਟਰ ਲਿਆ ਅੱਜ ਦਾ ਕਿਉਂ ਹੁਣ ਫੇਰਦੀ ਜੀਵੀ ਚਰੈਕ ਜਿਹਦੀ ਹੋਊ ਆਪੇ ਆਜੂ ਦੇਖ ਲੂਗਾ ਹੈ ਇਕੱਠੀ ਨਹੀਂ ਹੋਣੀ ਹੈ ਇਕੱਠੀ ਨਹੀਂ ਕਰੂ ਝਾੜੂ ਦਾ ਸਹੀ ਕੋਸਤਾ ਕਰੂ ਇਹ ਬਾਬੇ ਉਹ ਆਪਾਂ ਨੇ ਇੱਕ ਮਿੰਟ ਟਰੈਕਟਰ ਬੰਦ ਕਰ ਲਈਏ ਉਰੇ 20 ਕਿੱਲੇ ਮਕਾਤੇ ਅੱਜ ਸਵੇਰ ਦਾ ਕੰਪੀਟੀਸ਼ਨ ਚੱਲ ਰਿਹਾ ਕੱਲ੍ਹ ਦਾ ਦੋ ਮਸ਼ੀਨਾਂ ਨੇ ਨਵੀਆਂ ਦੋ ਮਸ਼ੀਨਾਂ ਨੇ ਉਹ ਕਹਿੰਦੇ ਇੱਥੋਂ ਰੈਕ ਪੂਰਾ ਹੋਣਾ ਨਹੀਂ ਮੈਂ ਤੁਸੀਂ ਮਾਰ ਲਓ ਥੋਤੋਂ ਮੁੱਕਣਾ ਨਹੀਂ ਅਤੇ ਹੁਣ ਮੂਹਰੇ ਚੱਲ ਰਹੇ ਹਾਂ ਆਪਾਂ ਅੱਜ ਫੁੱਲ ਸਵੇਰ ਦਾ ਕੰਡਾੜਿਆ ਪਿਆ ਉਹ ਕਹਿੰਦੇ ਅਸੀਂ ਦੇਖਦੇ ਹਾਂ ਮੈਂ ਕਿਹਾ ਫਿਰ ਤੁਸੀਂ ਦੇਖ ਲਓ ਇੱਧਰ ਮੈਂ ਦੇਖਦਾ ਇਕੱਲਾ ਰਹਿ ਗਿਆ ਦੋ ਮਸ਼ੀਨਾਂ ਨੇ ਧੁੱਕੀ ਕੱਢੀ ਪਈ ਆ ਬਾਬੇ ਕਿਰਪਨਾ ਮੁਕਾਤਾ ਸਾਰਾ ਉਹ ਸਾਹਮਣੇ 3-4 ਕਿੱਲੇ ਰਹਿ ਗਏ ਬਸ ਠੀਕ ਆ ਜੀ ਉਹ ਤੋਂ ਬਾਅਦ ਆਪਾਂ ਸ਼ਾਮ ਨੂੰ ਜਾਣਾ ਪਿੰਡ ਨੂੰ ਅਤੇ ਮਸ਼ੀਨਾਂ ਹੁਣ ਉਰੇ ਨੂੰ ਆ ਰਹੀਆਂ ਨੇ ਦੇਖਦੇ ਕੀ ਸਵਾੜ ਆਉਂਦੇ ਨੇ ਅੱਗੇ ਕਿੰਨਾ ਕੁ ਕੱਢਦੇ ਨੇ ਹਾਲੇ ਤਾਂ 20 ਕਿੱਲੇ ਆ ਨੇ 5-6 ਕਿੱਲੇ ਹੋਰ ਨੇ ਮੂਹਰੇ ਬਥੇਰਾ ਉਹਨਾਂ ਨੇ ਪਿਆ ਹਾਲੇ ਉਹ ਫੇਰ ਦੇਣਾ ਆਪਾਂ ਨੇ ਠੀਕ ਆ ਜੀ ਉੱਥੇ ਚੱਲ ਕੇ ਹੁਣ ਫੇਰਦੇ ਹਾਂ ਟਰੈਕਟਰ ਸਟਾਰਟ ਕਰ ਲਈਏ ਚਲੋ ਜੀ ਰੈਕ ਆਪਾਂ ਇਕੱਠਾ ਨਹੀਂ ਕਰਦੇ ਹੁੰਦੇ ਨੇੜੇ ਕਿਉਂਕਿ ਇਕੱਠਾ ਕਰਨਾ ਬਹੁਤ ਪੰਗੇ ਨੇ ਇਹ ਬੰਦੇ ਡਰਾਈਵਰੀ ਚਾਹੀਦੇ ਵੀਰੇ ਉਹ ਜਿੱਥੇ ਮਰਜ਼ੀ ਲੈ ਜਾਓ ਪਤਾ ਹੋਣਾ ਚਾਹੀਦਾ ਵੀ ਇੰਨੀ ਜਗ੍ਹਾ 'ਚ ਇਹਨੇ ਲੰਘ ਜਾਣਾ ਅਤੇ ਆਪਾਂ ਨੂੰ ਇਹੀ ਗੈਸ ਨਹੀਂ ਅਤੇ ਕੋਈ ਫਾਇਦਾ ਡਰਾਈਵਰੀ ਦਾ ਇਸ ਕਰਕੇ ਹੁਣ ਉੱਥੇ ਚੱਲਦੇ ਹਾਂ ਚੱਲ ਕੇ ਚਲਾਉਂਦੇ ਹਾਂ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਅਤੇ ਸ਼ਾਮ ਨੂੰ ਉਹਨਾਂ ਪੁੱਛਾਂਗੇ ਵੀ ਕੌਣ ਆ ਰਿਹਾ ਮੂਹਰੇ ਤੁਸੀਂ ਰਹੇ ਗਾ ਮੈਂ ਰਿਹਾ ਠੀਕ ਆ ਜੀ ਦੱਸਾਂਗੇ ਤੁਹਾਨੂੰ ਟੈਨਸ਼ਨ ਨਾ ਲਓ 2 ਕਿੱਲੇ ਨੇ ਯਾਰ ਉਰੇ ਤਾਂ ਇੱਕ ਆਹ ਕਿੱਲਾ ਇੱਕ ਉਹ ਕਿੱਲਾ ਭੈਣ ਚੋਂ ਦੋਨੇ ਆ ਗਏ ਲੈ ਮੂੰਹ ਚੱਕ ਕੇ ਉਹ ਆ ਗਿਆ ਇੱਕ ਹੋ ਬੱਜੀ ਇਹ ਕੀ ਕਰਦੇ ਨੇ 2 ਤਾਂ ਕਿੱਲੇ ਨੇ ਕੁੱਲ ਉਰੇ ਵਾੜਦਾ ਇੱਧਰ ਪੁੱਛਦਾ ਲਿਆ ਕਰੋ ਯਾਰ ਆ ਗਏ ਮੂੰਹ ਚੱਕ ਕੇ ਜਾਵੇ ਲੈ ਇੱਕ ਆਹ ਆ ਗਿਆ ਆਈਟਮ ਇੱਕ ਆਹ ਆ ਗਿਆ ਲੈ ਉਹ 2 ਕਿੱਲੇ ਨੇ ਕੁੱਲ ਇੱਕ ਆਹ ਕਿੱਲਾ ਇੱਕ ਉਹ ਕਿੱਲਾ ਇੱਧਰ ਗੱਲ ਗੱਡੀ ਦੇਖ ਲੈ ਮਗਰ ਗੱਡੀ ਖੜੀ ਆ ਗਾਲਾਂ ਕੱਢੂ ਅਗਲਾ ਥੋੜ੍ਹੇ ਜਿਹੀ ਸੜਕ ਆ ਜਿਵੇਂ ਲਿਆ ਕੇ ਖੜਾ ਤੀਆਂ ਉਰੇ ਫੋਟੋ ਖਿਚਾਉਣੀ ਆ ਆਏ ਹਾਏ ਹੱਸਦਾ ਹੀ ਬਹੁਤ ਆ ਹੋ ਫੋਟੋ ਖਿਚਾਉਣੀ ਆ 200 ਬੀਘੇ ਬੰਦਾ ਬੁੱਕ ਕਰ ਗਿਆ 100 ਬੀਘੇ ਪਰੇ ਆ 100 ਬੀਘੇ ਪਰਲੇ ਪਿੰਡ 'ਚ
ਨਾ ਪਹਿਲਾਂ ਮੈਨੂੰ ਐਂ ਦੱਸੋ ਓਏ 2 ਕਿਲ ਓਏ 2 ਕਿਲਾਂ ਦੀ ਪਾਰਟੀ ਕਰਦੇ ਹੋ 2 ਕਿਲਾਂ ਦੀ ਪਾਰਟੀ ਕਰਦੇ ਹੋ ਇਹ ਠੰਡਾ ਲਿਆਂਦਾ ਕਿਹਨੇ ਕਿਹਾ ਆ ਦੇ ਕਹਿੰਦਾ ਬੱਗਾ ਲੈ ਉਹ ਹੀ ਭੈਣ ਚੋ ਕੇ ਤੇ ਹੋਰ ਤੇਜ ਨਾ ਬਾੜਦੇ ਹੋ ਲੜਾਈ ਪੈ ਜੂ ਆਪਣੀ ਯਾਰ ਤੂੰ ਠੰਡਾ ਬਣਾ ਇਹਨਾਂ ਨੂੰ ਇਹਨੇ ਮੁੰਡਿਆਂ ਨੂੰ ਕਿਹੜਾ ਕਹਿਣ ਕਰ ਹੋ ਸੱਚੀ ਹੋ 100 ਵੀ ਘਿਓ ਰੇ ਆ ਮੁੰਡਾ ਤੋਂ ਲਵਾੜ ਦਾ ਉਹ ਕੀ ਖਬਰਾਂ ਸਾਲੇ ਕੀ ਕਹੀ ਜਾਂਦੇ ਕੀ ਕਾਹੋ ਕਿਉਂ ਹੋ ਪਰੇਡ ਪੈਣੀ ਆ ਉਹ ਤੋੜ ਲਓ ਹੁਣ ਓਏ ਓਏ ਕੀ ਫਰਕ ਹੁੰਦਾ ਡਰਾਈਵਰੀ ਦਾ ਹੋਰ ਕੀ ਹੁੰਦਾ ਆਪਣੇ ਵਾਲਾ ਖੜਾ ਚਾਹ ਮਸ਼ੀਨ ਚੱਲੂ ਤੇ ਦੂਜੀ ਆਹ ਚੱਲੂ ਓਏ ਚਲਾ ਦੋ ਹੁਣ ਇੰਨਾ ਲਾਂਘਾ ਪੂਜਾ ਦਾ ਦੇ ਦੋ ਬਾਅਦ ਨਾ ਕੱਟ ਦੇ ਮੰਨ ਕੇ ਪਰਾਲ ਦੇਖੋ ਕੱਠ ਨਾ ਕੱਠ ਪਈਏ ਕੱਠ ਨਾ ਕੱਠ ਇੱਧਰ ਵੀ ਦੂਰੋਂ ਆਏ ਲੱਗਦਾ ਫੂਸ ਦੀ ਲੈਣ ਆਉਂਦੀ ਆ ਪਰ ਲੈਣ ਸਾਰੀਆਂ ਗੱਠਾਂ ਦੀਆਂ ਨੇ ਚੱਲ ਰਹੀ ਹੈ ਪਰਲੇ ਪਾਸੇ ਚੱਲ ਰਹੀ ਆ ਜੇ ਤਾਂ ਲੋਕ ਨੂੰ ਮਸ਼ੀਨ ਨਾ ਮਿਲੇ ਉਹ ਤਾਂ ਹੁੰਦੀ ਆ ਮਜਬੂਰੀ ਆਹ ਦੇਖੋ ਆਲੇ ਦੁਆਲੇ ਆ ਸਾਰਾ ਧੂੰਆਂ ਹੀ ਧੂੰਆਂ ਹੈ ਵੱਧੋ ਵੱਧ ਅੱਧਾ ਪੌਣੇ ਕਿਲੋਮੀਟਰ ਤੋਂ ਕਾ ਕੁਛ ਨਹੀਂ ਸੀਗਾ ਇੰਨਾ ਧੂੰਆਂ ਅੱਖਾਂ 'ਚ ਰੜਕਦਾ ਅੱਖਾਂ 'ਚੋਂ ਪਾਣੀ ਨਿਕਲ ਰਿਹਾ ਹੁਣ ਤੁਸੀਂ ਦੇਖ ਲਓ ਵੀ ਕਿੰਨੇ ਐਕਸੀਡੈਂਟ ਹੋਣਗੇ ਤੇ ਇਹਨਾਂ ਨਾਲ ਕਿੰਨੀ ਬਿਮਾਰੀ ਪੈਦੋ ਤਾਂ ਵੀ ਲੋਕ ਸਮਝਦੇ ਯਾਰ ਪਤਾ ਨਹੀਂ ਕੀ ਲੋਕਾਂ ਦਾ ਦਿਮਾਗ ਖਰਾਬ ਆ ਜਿਹਨੂੰ ਮਸ਼ੀਨ ਮਿਲਦੀ ਆ ਅਸੀਂ ਵੀ ਦੇਖ ਕਹਿੰਦੇ ਬਣਾ ਦਿੰਦੇ ਹਾਂ ਬਣਾ ਦਿੰਦੇ ਹਾਂ ਆਹ ਵੀ ਲੋਕ ਮੰਨਦੇ ਇਹੋ ਜਿਹੇ ਲੋਕ ਨਾ ਦੇਖੋ ਜੇ 2 ਮਹੀਨੇ ਧੁੰਦ ਪਈ ਹੁੰਦੀ ਆ ਉਹ ਕੰਮ ਹੋਇਆ ਪਿਆ ਇੰਨਾ ਬੁਰਾ ਹਾਲ ਆ ਰਹੇ ਰੱਬ ਦਾ ਨਾਂ ਅੱਖਾਂ 'ਚੋਂ ਪਾਣੀ ਨਿਕਲ ਰਿਹਾ ਇੰਨਾ ਰੜਕ ਰਿਹਾ ਤੂੰ ਆਏ ਸਾਡੇ ਮਲੋਹ ਏਰੀਏ 'ਚ ਸਾਲਾ ਐਂ ਲੱਗਦਾ ਜਿਵੇਂ ਕਨੇਡਾ ਗਏ ਹੁੰਦੇ ਐਂ ਬੱਦਲ ਸਾ ਪੈਣ ਕੋਈ ਦਲਾ ਧੂੰਆਂ ਨਹੀਂ ਉੱਥੇ ਤੱਕ ਵੀ ਧੂੰਆਂ ਬਾਅਦ ਧੂੰਆਂ ਹੀ ਕਰਤਾ ਆਹ ਏਰੀਏ ਨੇ ਇੰਨੀ ਅੱਗ ਲੋਕ ਲਾ ਰਹੇ ਨੇ ਖਬਰਾਂ 'ਚ ਦਿਮਾਗ ਖਰਾਬ ਆ ਲੋਕਾਂ ਦਾ ਓਕੇ ਬਾਬੇ ਆਪਣਾ ਟਰੈਕਟਰ ਆਓ ਖੜਾ ਇੱਕ ਆਹ ਚੱਲ ਰਹੀ ਆ ਰਾਣੀ ਇੱਕ ਇੱਧਰ ਚੱਲ ਰਹੀ ਆ ਠੀਕ ਆ ਜੀ ਉਹ ਨਿਕਲਿਆ ਜੀ ਅਤੇ ਅੱਜ ਘਰ ਨੂੰ ਜਾਂਦੇ ਹਾਂ ਦੇਖਦੇ ਹਾਂ ਵੀ ਜੇ ਉਹਦੇ ਟਾਈਮ ਲੱਗਿਆ ਕੀ ਸਲਾਹ ਬਣਦੀ ਆ ਇੱਕ ਆਹ ਚੱਲ ਰਹੀ ਆ ਇੱਕ ਉਹ ਚੱਲ ਰਹੀ ਆ ਆਪਣੇ ਵਾਲਾ ਖੜਾ ਘੋੜਾ ਠੀਕ ਆ ਜੀ ਮਸ਼ੀਨਾਂ ਚੱਲਦੀਆਂ ਰਹਿਣ ਬਾਬੇ ਗੱਖਰਾਂ ਫੁੱਲ ਵਧੀਆ ਅਤੇ ਰੈਕ ਮਾਰਤਾ ਆਪਾਂ ਨੇ ਅਤੇ ਹੁਣ ਦੇਖਦੇ ਹਾਂ ਘਰ ਪਿੰਡ ਨੂੰ ਜਾਣਾ ਵੀਰਾ ਕੀ ਕਹਿੰਦਾ ਅਤੇ ਪਿੰਡ ਨੂੰ ਚੱਲਦੇ ਹਾਂ ਤਾਂ ਫਿਰ ਇੱਥੇ ਐਂਡ ਕਰ ਦਾਂਗੇ ਆਪਾਂ ਜੇ ਉਰੇ ਨਾ ਜਾਣ ਦਾ ਪ੍ਰੋਗਰਾਮ ਬਣਿਆ ਰੈਕ ਮਾਰਨਾ ਪਿਆ ਤਾਂ ਫਿਰ ਆਪਾਂ ਵਲੋਗ ਕੰਟੀਨਿਊ ਕਰ ਲਾਂਗੇ ਠੀਕ ਹੈ ਜੀ ਓਕੇ ਥੈਂਕ ਯੂ ਜੀ ਮਿਲਦੇ ਹਾਂ ਜੋ ਵੀ ਹੋਇਆ ਸਹੀ ਆ ਬਾਈ ਭੈਣ ਜੋ ਟਰੈਕਟਰ ਲੰਘਾਉਣ ਨੂੰ ਵੀ ਜਗ੍ਹਾ ਨਹੀਂ ਰਿਹਾ ਕੱਟ ਨਾ ਕੱਟ ਜੂਰੀ ਪਈ ਆ ਉਹ ਤੇਰੀ ਇੰਨਾ ਬੁਰਾ ਹਾਲ ਆ ਉੱਪਰ ਦੀ ਲੰਘਾਉਣਾ ਪਊ ਯਾਰ ਚੱਲ ਕੋਈ ਨਾ ਕੋਈ ਮੁੰਡੇ ਨੂੰ ਕੀ ਕਹਿੰਦਾ ਕਿਵੇਂ ਚੱਲਦੀ ਆ ਮਸ਼ੀਨ ਡਾਂਗਾ ਕਿਵੇਂ ਆ ਠੀਕ ਆ ਜੀ ਡਾਂਗਾ ਲਿਆਉਂਦਾ ਅੰਡਾ ਮਸ਼ੀਨ ਦੇ ਹੈ ਉਹ ਤਾਂ ਐਂ ਲੱਗਦੀ ਹੈ ਪਿੱਛੇ ਜਿਵੇਂ ਲਾਈਨ ਹੁੰਦੀ ਹੈ ਬੰਨੀ ਵੀ ਕੱਠ ਦੀ ਦੇਖੀ
ਸਾਰੀ ਅਈ ਨੀਪਾ ਆ ਕੇ ਛੱਡਤਾ ਆ ਖੋਲਤੀ ਆ ਹਾਲ ਇਹਦਾ ਹੁਣ ਫਿਰ ਚਲਾ ਦੇ ਫਿਰ चौक हो जू मशीन एकण दा यार तोड़ दूगा उस धक्का करांगे रात दा टाइम आ लांगा देख प्रालता देख तू भैन जो एदा हुंदा 1509 च माड़ियां जीरियां च ओरे पूछा भी पूछा ਜਾਣ ਦਾ ਪ੍ਰੋਗਰਾਮ ਕੈਂਸਲ ਠੀਕ ਆ ਉਰੀ ਮਸ਼ੀਨਾਂ ਚੱਲ ਰਹੀਆਂ ਨੇ ਇੱਕ ਅੱਧਰ ਚੱਲ ਰਹੀ ਹੈ ਇੱਕ ਉਹ ਚੱਲ ਰਹੀ ਆ ਉਰੀ ਰੈਕ ਮਾਰਦੇ ਹਾਂ ਜੋਰੀ ਰਹਾਂਗੇ ਕਿਉਂਕਿ ਲੇਟ ਬਹੁਤ ਹੋ ਗਏ ਹਨੇਰਾ ਬਹੁਤ ਹੋ ਗਿਆ ਇੱਧਰ ਅੱਗ ਲਾਉਣ ਕਰਕੇ ਧੂੰਆਂ ਇੰਨਾ ਯਾਰ ਜਿਵੇਂ ਧੁੰਦ ਪਈ ਹੁੰਦੀ ਆ ਕੁਛ ਨਹੀਂ ਦੀਂਦਾ ਰਾਤਾਂ ਕਰਕੇ ਯਾਰ ਰਿਸਕੀ ਕੰਮ ਆ ਬਾਟ ਵੀ ਕਾਫੀ ਆ ਦੂਰ ਜਾਣਾ ਤਾਂ ਕਰਕੇ ਹੁਣ ਕੱਲ੍ਹ ਨੂੰ ਚੱਲਾਂਗੇ ਹੁਣ ਆਪਾਂ ਰੱਖਦੇ ਹਾਂ ਕੰਟੀਨਿਊ ਬਲੌਗ ਹੁਣ ਮਾਰਦੇ ਹਾਂ ਰੈਕ ਫਿਰ ਚੱਲਦੇ ਹਾਂ ਦੇਖਦੇ ਹਾਂ ਮਸ਼ੀਨਾਂ ਕੋਲ ਕੀ ਬਣਦਾ ਇੱਧਰੋਂ ਕੁੰਡੀਆਂ ਦੇ ਸਿੰਗ ਫਸ ਕੇ ਇੱਕ ਸੋਨਾਲੀਕਾ ਮਾੜੀ ਮਸ਼ੀਨ ਚੱਲ ਰਹੀ ਆ ਇੱਕ ਹਾਲੈਂਡ ਵਾਲੀ ਚੱਲ ਰਹੀ ਆ ਦੇਖਿਆ ਕਹਿੰਦੇ ਪਹਿਲਾਂ ਕੌਣ ਕਢਾਊਗਾ ਕੀ ਜ਼ਿਆਦਾ ਜ਼ੋਰ ਆ ਪੀ ਡੀ ਓ ਪਾਵਰ ਵੀ ਆ ਮਸ਼ੀਨ ਚਲਾਉਂਦਾ ਏ ਲਾਂਘਾ ਫੁੱਲਦਾ ਕਢਾਏ ਰੇਲ ਬਹੁਤ ਪੈਂਦੀ ਆ ਉਰੇ ਅੱਜ ਕੰਪੀਟੀਸ਼ਨ ਇਹਨਾਂ ਦਾ ਪਹਿਲਾ ਦਿਨ 'ਚ ਮੇਰੇ ਨਾਲ ਸੀ ਜਿਹਨੂੰ ਰੈਕ ਫੇਰ ਆ ਅਸੀਂ ਤੈਨੂੰ ਰੈਕ ਮਕਾ ਕੇ ਦਿਖਾਵਾਂਗੇ ਉੱਦਾਂ ਹੀ ਹਾਰੇ ਗਏ ਇਹ ਪਤਾ ਹੀ ਆਪਾਂ ਉਹਨਾਂ ਨੂੰ ਹੋਣਾ ਵੀ ਠੀਕ ਆ ਜੀ ਰੈਕ ਨਹੀਂ ਇਹਨਾਂ ਤੋਂ ਮੁੱਕੇ ਆ ਕਿਉਂਕਿ ਉਰੇ ਲਾਂਘਾ ਬਹੁਤ ਤਕੜਾ ਏ ਪੂਜਾ ਕਰਕੇ ਮਸ਼ੀਨ ਹੌਲੀ ਚੱਲਦੀ ਆ ਜਿਹੜੀ ਸੱਚਾਈ ਆ ਅਤੇ ਹੁਣ ਇਹਨਾਂ ਦਾ ਆਪਸ ਵਿੱਚ ਹੀ ਕੰਪੀਟੀਸ਼ਨ ਆ ਇੱਕ ਘੇਰੇ 10 ਕਿੱਲਿਆਂ ਦੇ 'ਚ ਉਹ ਚੱਲ ਰਹੀ ਆ ਪਰਲੀ ਆ ਉਰਲੀ 10 ਕਿੱਲੇ ਦੇ ਘੇਰੇ ਚੱਲ ਰਹੀ ਆ ਇੱਕੋ ਘੇਰਾ ਲੰਬੇ ਘੇਰੇ ਨੇ ਪੂਰੇ ਠੀਕ ਆ ਜੀ ਅਤੇ ਇੱਕ ਮਿੰਟ ਮੈਂ ਲੈਟ ਸੈੱਟ ਕਰਨਾ ਬਾਈ ਇਸ ਕਰਕੇ ਆਹ ਦੇਖ ਲਓ ਤੁਸੀਂ ਇਕੱਠਾ ਹੀ ਦੇਖ ਲਓ ਕਿਵੇਂ ਪਈਆਂ ਨੇ ਨਾਲ 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 ਹਾਂ ਇਹ ਲੈਣ ਬੰਨੀ ਪਈ ਆ ਇਕੱਠਾ ਨੇ ਉਹਦੇ ਕਰਕੇ ਦੇਖਦੇ ਹਾਂ ਜੀ ਹੁਣ ਕਿਹੜਾ ਪਹਿਲਾਂ ਖੜਾਉਂਦਾ ਇੱਕ ਮੇਰਾ ਕੰਪੀਟੀਸ਼ਨ ਉਹਨਾਂ ਦੋਨਾਂ ਦਾ ਆਪਸ ਵਿੱਚ ਆ ਮੇਰਾ ਤਾਂ ਜਦ ਲੱਗਾ ਆਪਣਾ ਤਾਂ ਉਹ ਤੋੜ ਹੀ ਨਹੀਂ ਸਕਦੇ ਇੱਕ ਆਹ ਚੱਲ ਰਹੀ ਆ ਇੱਕੋ ਭਰੇ ਚੱਲ ਰਹੀ ਆ ਦੋਨੇ ਚੱਲ ਰਹੀਆਂ ਨੇ ਦੇਖੋ ਬੱਸਾਂ ਨੇ ਕਰੋ ਅੱਗੇ ਅੱਗੇ ਦਿਖਾਉਣਾ ਤੁਹਾਨੂੰ ਠੀਕ ਹੈ ਜੀ ਪਿੰਡ ਜਾਣਾ ਕੈਂਸਲ ਹੋ ਗਿਆ ਚੱਲ ਕੋਈ ਗੱਲ ਨਹੀਂ ਕੱਲ੍ਹ ਨੂੰ ਚੱਲਾਂਗੇ ਹੁਣ ਇਹਦਾ ਬੇਸ ਤਾਂ ਸਾਰਾ ਰਹਿ ਗਿਆ ਕੰਮ ਫਾਈਨਲ ਹੋ ਗਿਆ ਬੜੀ ਜਲਦੀ ਸੀ ਵਿਹਲਾ ਕਰਤਾ ਆਪਣਾ ਰੈਕ ਪਾ ਲਿਆ ਪਿਆ ਪਵਾਈ ਆਪਣੇ ਖੁੱਲ੍ਹਾ ਔਰ ਉਹ ਮੁਕਾਤਾ ਕੰਮ ਸਭ ਇਕੱਠਾ ਬਣ ਗਈਆਂ ਸਾਰੇ ਏਰੀਏ ਨਾਲ ਚੱਕਦੇ ਫਟੇ ਬਾਬੇ ਦੀ ਕਿਰਪਾ ਨਾਲ ਠੀਕ ਹੈ ਜੀ ਅਤੇ ਉਰੇ ਆ ਠੰਡ ਲੱਗਦੀ ਆ ਕੋਟ ਪਿਆ ਕੋਟ ਚੱਕ ਲਈ ਆ ਕੋਟ ਪਾ ਲਈਏ ਅਤੇ ਇੰਨੀ ਸਾਲੀ ਰੂਹ ਨੂੰ ਅੱਜ ਖੁਸ਼ੀ ਹੋ ਰਹੀ ਆ ਸਵਾਲ ਇੱਕ ਨੇ ਬਾਈ ਬੜੇ ਟੱਕਾਂ 'ਚ ਭੈਣ ਜੋ ਕੰਮ ਚੱਲਦਾ ਹੋਵੇ ਇਕੱਠੀਆਂ ਮਸ਼ੀਨਾਂ ਚੱਲਣ ਗੱਠ ਦੇ ਗੱਠਾਂ ਗੱਠਾਂ ਦੇ ਗੱਠਾਂ ਕਿਉਂਕਿ 5-7 ਦਿਨ ਦੀ ਖੇਡ ਆ ਕਾ ਚੱਲ ਰਹੀ ਹੈ ਕਾ ਚੱਲ ਰਹੀ ਹੈ ਦੋਨੇ ਇਕੱਠੀਆਂ ਚੱਲ ਰਹੀਆਂ ਨੇ ਐਨ ਪੂਰੀਆਂ ਉਸ ਟਾਈਮ ਹੋਰ ਇਹਨਾਂ ਨੇ ਪੇਚਾ ਪਿਆ ਵੈਸਾ ਸਵੇਰ ਦਾ ਹੈ ਉਹ ਚੱਲ ਰਹੀ ਹੈ ਇੱਧਰ ਸੋਨਾ ਲਿਖਾ ਚੱਲ ਤੇ ਦੂਆ ਲਾ ਦਈਏ ਉਹਨੂੰ ਆਇਆ ਵੀ ਸੋਨਾ ਲਿਖਾ ਤਕੜਾ ਹੈ ਨਾ ਸੋਰੀ ਹੋਰ ਐਡ ਤਕੜਾ ਹੈ ਝੋਲਾ ਬਸੀਆਂ ਪਈਆਂ ਨੇ ਪਹਿਲਾਂ ਕਿਹਦੀ ਬੱਸ ਹੁੰਦੀ ਆ ਰੈਕ ਮੁਕਾਤਾ ਆਪਾਂ ਨੇ ਮੈਂ ਚੱਲ ਆਪਾਂ ਆ ਝੋਟਾ ਚਲਾਉਂਦੇ ਹਾਂ ਠੀਕ ਨਹੀਂ